ਫੇਰ ਹੋ ਗਿਆ ਇਹ ਫੇਕ ਡਿਆ ਸ਼ਾਇਦ ਮੈਨੂੰ ਹਾਂ ਫੇਕ ਬਹੁਤ ਬਹੁਤ ਧੰਨਵਾਦ ਹੁੰਦਾ ਗੁਰੂ ਅਤੇ ਉਹਦੀ ਖੁਸ਼ੀ ਵਿੱਚ 100K ਸ਼ੋਟ ਚਲਾਵਾਂਗੇ ਮਾਸਾ ਡਰੀ ਆ ਨਾ ਲੱਗ ਹੀ ਆ ਰਿਹਾ ਖੋਲ੍ਹਣਾ ਪੈਣਾ ਇਹਨੂੰ ਬੰਦ ਨਹੀਂ ਹੋਣਾ ਯਾਰ ਆਹ ਚੈੱਕ ਕਰਿਓ ਆਹ ਚੈੱਕ ਕਰੋ ਤੇ ਮੰਨਣ ਕਹਿਣੀ ਆਪਾਂ ਨਹਾਤੇ ਵੀ ਨਹੀਂ ਆ ਮਗਰ ਫਸੀ ਜੇ ਮੰਨ ਆਪਣੇ ਹੋ ਜਾਂਦੇ ਹੋ ਗਏ ਯਾਰ ਆਪਾਂ ਗੱਡੀ ਤੇ ਕਿਤੇ ਜਾਂਦੇ ਤੇ ਆਪਾਂ ਤੇ ਫਸੇ ਰਹਿਣਾ ਸੀ ਕੰਮ ਨੂੰ ਬੈਠੇ ਯਾਰ ਫਸੇ ਰਹਿਣਾ ਸੀ ਚੰਗਾ ਮੈਂ ਕਹਿੰਦਾ ਨਹੀਂ ਹੋਏ ਲੇਟ ਹੋਣ ਡੇ ਹੁਣ ਅੱਜ ਰਾਤੀ ਹੋਣਗੇ ਕੱਲ੍ਹ ਸੈਲੀਬ੍ਰੇਟ ਕਰਾਂਗੇ ਆਪਾਂ ਉੱਧਰ ਟਾਈਮ ਖਾ ਇਹ 4:32 ਚੰਗਾ ਹੈ ਆਪਣੇ ਡੇਕੇ ਨਹੀਂ ਹੋਏ ਦਿਨ ਕਈ ਦਿਨ ਵੀ ਖੜਾ ਵਾ ਇਹ ਇੱਕ ਮਿੰਟ ਅੱਜ ਹੈਗਾ ਜੇ 22 ਜਨਵਰੀ ਆਪਣੇ ਅੱਜ ਹੋ ਜਾਣੇ ਪਰ 3 ਕਿਸਮ ਮਿੱਤਰੋਂ ਰਹਿ ਗਿਆ ਮਖਾਈ ਯੂਟਿਊਬ 'ਤੇ ਵਿਖਾ ਦੇ ਯਾਰ ਕੋਲ ਯੂਟਿਊਬ ਮੰਮਾ ਰਾਤ 'ਚ ਕਦੋਂ ਨਿਕਲਣਾ ਵਾ ਇਹ ਨਹੀਂ ਨਿਕਲਣਾ ਛੇਤੀ ਇਹ ਹੋਰ ਹੈ ਜੀ ਆਪਣੇ 4 ਕਿਸਮ ਬਸ 3 ਕਿਸਮ ਰਹਿ ਗਿਆ ਵਾ ਇੱਥੇ ਘੱਟ ਜੋ ਹੁੰਦੇ ਆ ਬਾਕੀ ਟ੍ਰੈਫਿਕ ਦਾ ਪਤਾ ਨਹੀਂ ਕਦੋਂ ਨਿਕਲਣਾ ਜੇ ਸਵੇਰ ਦੇ ਅਸੀਂ ਕੰਮੇ ਲੱਗੇ 4:30 ਹੋ ਗਏ ਹੁਣ ਸਵੇਰ ਦੇ ਕਦੀ ਕੋਈ ਕੰਮ ਕਦੀ ਕੋਈ ਕੰਮ ਤੇ ਮੰਨਾਂ ਕਹਿਣੀ ਆਪਾਂ ਨਹਾਤੇ ਵੀ ਨਹੀਂ ਹਾਂ ਮੈਂ ਨਹਾਤਾ ਮੈਂ ਨਹੀਂ ਨਹਾਤਾ ਪਰ ਮੈਂ ਵੀ ਨਹਾਤੀ ਨਹਾਤਾ ਆਹਾਂ ਕੋਈ ਨਹੀਂ ਲੱਗੇ ਨਾ ਨਿਕਲਾਂਗੇ ਇੱਧਰ ਮਗਰ ਮਗਰ ਜਾਣਦੇ ਬਸ ਯਾਰ ਪਿਛੜੀ ਐਂਬੂਲੈਂਸ ਫਸੀ ਮੈਨੂੰ ਉਹ ਗਲਤ ਲੱਗ ਰਿਹਾ ਕੰਮ ਫਾਈਨਲੀ ਯਾਰ ਨਹੀਂ ਨਿਕਲੇ ਆਹ ਵੇਖ ਰੋਂਗ ਸਾਈਡ ਗੱਡੀਆਂ ਆ ਰਹੀਆਂ ਇੱਧਰੋਂ ਚਕੰਦਰ ਪਈ ਆ ਯਾਰ ਭਾਉ ਨੇ ਆਪਣੇ ਕਰਾਈ ਹੋਇਆ ਪੂਰੀ ਇਹਦੇ ਪੈਸੇ ਭਾਉ ਚਕੰਦਰ ਇੱਥੇ ਪਾਤੀ ਆ ਚੱਲ ਕੋਈ ਨੀ ਧੰਨਵਾਦ ਸੋ ਗਏ ਜੀ ਖੁਸ਼ੀ ਮਿੱਤਰ ਪਹਿਲਾਂ ਪਟਾਕੇ ਚਲਾ ਦਿੱਤੇ ਆ ਪਰ ਅਜੇ ਸੋ ਗਏ ਨਹੀਂ ਹੋਏ ਨਾ ਤੇ ਸੋ ਗਏ ਹੋਏ ਜੇ ਤੇ ਨਾ ਹੀ ਮੁੰਡੇ ਨਹਾਤੇ ਆ ਨਾ ਹੀ ਕੰਮ ਕੀਤਾ ਵਾ ਹਨੇਰਾ ਪੈ ਚੁੱਕਾ ਵਾ ਤੇ ਪਤਾ ਨੀ ਬਾਬਿਓ ਕੀ ਬਣਨਾ ਸਵੇਰ ਤੇ ਡੀਕ ਰਹੇ ਆ ਗੱਲ ਕਿ ਬੰਨੇ ਲੱਗ ਨਹੀਂ ਰਹੀ ਸਾਡੀ ਹੁਣ ਲੱਗਦਾ ਹੈ ਅੱਜ ਰਾਤ ਹੋਣਗੇ ਸੁੱਤੇ ਪਏ ਤੇ ਸਵੇਰੇ ਕਰਾਂਗੇ ਕੋਈ ਸੈਲੀਬ੍ਰੇਸ਼ਨ ਸੈਲੀਬ੍ਰੇਸ਼ਨ ਕੀ ਕਰਨੀ ਆ ਕੇਕ ਕੱਟਣੀ ਕੱਟਣਾ ਪਰ ਜਾਈ ਚ ਲੰਮੇ ਪਏ ਰਹਿਣਾ ਬਸ ਸਟੋਰੀਆਂ ਐਡ ਕਰਾਂਗੇ ਚੋਕਲੇਟ ਖਾਣ ਜੀ ਕਰਿਆ ਮਤਲਬ ਮਿੱਠਾ ਹਾਏ 100 ਕਿਉਂ ਨਹੀਂ ਪਹਿਲਾਂ ਹੀ ਹਾਂ ਨਹੀਂ ਆਣੀ ਪੈਣੀ ਤੂੰ ਵਿਹਲਾ ਕੱਢ ਲੈਣੀ ਆ ਚੱਲ ਲਓ ਵੀ ਮਿੱਤਰੋ ਸਬਸਕ੍ਰਾਈਬਰ ਹੋਏ ਲੱਗੇ ਜੋ ਤੇ ਅਸੀਂ ਇੱਧਰ ਬੈਠੇ ਹਾਂ ਮਿੱਤਰ ਤੇ ਸ਼ੇਰ ਆ ਗਿਆ ਤੇ ਬੰਦਾ ਆਪਣਾ ਕੋਈ ਵੀ ਨਹੀਂ ਜੇ ਪਹੁੰਚਿਆ ਲਓ ਜੀ ਮਿੱਤਰ 99 ਬੰਦਾ ਕੋਈ ਨੀ ਟਾਈਮ ਤੇ ਪਹੁੰਚਿਆ ਕੀ ਕਰ ਸਕਦੇ ਹਾਂ ਦੱਸੋ ਚਲੋ ਜੀ ਫਾਈਨਲੀ ਮਿੱਤਰੋ 100K ਸਬਸਕ੍ਰਾਈਬਰ ਕੰਪਲੀਟ
ਹੋ ਚੁੱਕਿਆ, ਪਰ ਬੰਦਾ ਕੋਈ ਵੀ ਮੌਕੇ 'ਤੇ ਨਹੀਂ ਪਹੁੰਚਿਆ। ਇਕੱਲੇ ਨੂੰ ਕਰਨਾ ਪੈਣਾ ਚੀਜ਼। ਥੈਂਕ ਯੂ ਸੋ ਮੱਚ। ਆਈ ਥਿੰਕ ਮੁੱਕ ਗਿਆ। ਓਏ ਘੜ ਗਿਆ ਇੱਕ, ਬੜੀ ਛੇਤੀ ਆਇਆ ਵਾ, ਉਹ ਘੰਟਾ ਲਾਤਾ ਮੰਮਾ, ਹੁਣੇ ਹੋ ਗਏ, ਫਿਰ ਘੜ ਗਿਆ, ਫਿਰ ਹੋ ਗਏ। ਦੂਜੀ ਵਾਰੀ ਹੋਏ ਜੇ ਮਿੱਤਰ, ਇੱਕ ਵਾਰੀ ਘੜ ਗਿਆ ਜੀ, ਫਿਰ ਤਾਂ ਹੋਏ ਜੇ। ਹੁਣ ਦੇਖਦੇ ਹਾਂ ਸ਼ਗਨ ਪੈਂਦਾ ਵਾ ਕਿ ਸ਼ਗਨ ਕੋਈ ਲੈ ਜਾਂਦਾ ਵਾ। ਪਰ ਸ਼ਗਨ ਦੋ ਇਕੱਠੇ ਪੈ ਗਏ ਜੇ ਭਾਜੀ, ਹੁਣ ਨਹੀਂ ਕੋਈ ਫਾਇਦਾ ਭਾਜੀ। ਭਾਜੀ ਮੁਬਾਰਕ ਹੈ ਭਾਜੀ, ਪਤੀ ਭਾਜੀ ਸੌ ਕੇ ਤੁਸੀਂ ਪੈਰਾਂ ਥੱਲੇ ਦੇ ਦਿੱਤੇ ਮਾਮਾ, ਕੋਈ ਵੀ ਨੀ ਪਹੁੰਚਿਆ, ਮੈਂ ਇਕੱਲੇ ਨੇ ਡਾਹਿਆ ਵਾ, ਮੈਂ ਕੈਪਚਰ ਕੀਤਾ ਵਾ, ਘੜ ਗਏ ਪਹਿਲਾਂ ਇੱਕ ਵਾਰੀ। ਹਾਂ ਠੀਕ ਆ, ਗਲੀ 'ਚ ਵੇਟ ਕਰਨ ਡੇ, ਚੰਗਾ। ਹਾਂ ਤੇ ਫਿਰ ਛੇਤੀ ਆਉਂਦੇ, ਛੱਤੀ ਛੇਤੀ ਕਿਉਂ ਨੀ ਆਏ, ਤੇ ਫੋਨ ਤੇ ਸ਼ੋਅ ਹੋਣੇ ਨੀ ਸੀ ਤੁਹਾਨੂੰ, ਮੈਂ ਵੀ ਤੁਹਾਨੂੰ ਫੋਨ ਤੇ ਸ਼ੋਅ ਹੋਣੇ ਹੀ ਨਹੀਂ, ਸ਼ੋਅ ਹੀ ਮੈਨੂੰ ਪਹਿਲਾਂ ਹੋਣੇ ਸੀ। ਲੋ ਜੀ ਤਿੰਨ ਵੱਧ ਗਏ ਉੱਪਰ, ਇੰਨਾ ਪਤਾ ਨੀ ਮਤਲਬ ਕੀ ਫੋਨ ਤੇ ਲਾਇਆ ਜੇ। ਇੱਧਰ 1531 500 ਬੜੀ ਆ ਨਕਲੀ ਵੀ ਲੱਗਣ ਡਿਆ ਯਾਰ, ਫੇਕ ਡਿਆ ਸ਼ਾਇਦ ਮੈਨੂੰ, ਹਾਂ ਫੇਕ ਵੱਜਣ ਡੇ ਹੋਣੇ, ਤਾਂ ਕਿਉਂ ਐਡੀ ਛੇਤੀ ਪਤਾ ਨਹੀਂ ਆ ਮੇਰੇ ਜਿੰਦੇ ਰੀਚ ਕਿੰਨੇ ਮੰਮਾ ਮਰਾਤ। ਨਹੀਂ ਨਹੀਂ ਆ ਯਾਰ, ਜਦੋਂ ਮੈਂ ਆਪਣੇ ਅਕਾਊਂਟ ਤੋਂ ਲਾਇਆ ਵਾ ਆ ਵਾਰ ਜੀ, ਸੈਲੀਬ੍ਰੇਸ਼ਨ ਦੀ ਕੋਸ਼ਿਸ਼ ਨਹੀਂ, ਪਰ ਹੁਣ ਕਰਦੇ ਆਪਾਂ ਆਪਣੇ ਜੋਗੀ ਥੋੜੀ ਬਹੁਤ, ਤੇ ਬਾਕੀ ਰੂਮ ਨੇ ਇਗਨੋਰ ਕਰਿਓ, ਖਲਾਰਾ ਬੋਲ ਪਿਆ ਸੀ, ਭੱਜੋ ਦਿਹਾੜੀ ਲੱਗੇ ਆ, 50 ਗੇਟ ਆ ਕੇ ਤੇ 100 ਕੇ ਲਾਉਣਾ ਆਪਾਂ, ਕਰ ਦਈਏ ਕੇਕ ਲਿਆਓ ਯਾਰ, ਕੇਕ ਦੀ ਕਟਣੀ ਸੋਚੇ ਜਦੋਂ ਉਹ ਚੱਲ ਅੱਗ ਲਾਊਗਾ, ਦੇਖੋ ਜੀ ਅਸੀਂ ਤਾਂ ਲੈਣਾ ਹੀ ਨਹੀਂ। ਕਲਾਰਾ ਚੱਕ ਕਰ ਯਾਰ, ਕੀ ਕਰਦਾ ਹੈ, ਉਹਨੂੰ ਗਾਲਾਂ ਪੈਣੀਆਂ। The next day. ਨਾਲ ਹੀ ਲੋਕਾਂ ਨੇ ਕਹਿਣਾ ਏਅਰਪੋਰਟ ਏਅਰਪੋਰਟ, ਕਦੀ ਕੁੱਖ ਦੀ ਕੁੱਖ ਨਹੀਂ ਮਾਮਾ, ਫੀਲਿੰਗ ਹੀ ਓਦਾਂ ਨੀ ਤੁਸੀਂ ਭਾਈ, ਪੂਰੀ ਫਿਰ ਪੂਰੀ ਫੀਲਿੰਗ ਲੈਣੀ ਆ, ਲੱਗਾ ਹੀ ਮਾੜਾ ਜਿਹਾ, ਮਾੜੀ ਦਿੱਤੀ ਵਾ ਹੁਣ ਫੀਲਿੰਗ ਦਿੱਤੀ ਉਹਨੇ ਵੀ। ਚੱਲ ਬਸ few moments later ਤੂੰ ਘੱਟੋ ਘੱਟ ਬੰਦੀ ਕਿੰਨਾ ਚਿਰ ਲਾ ਤੇ ਕੀ ਫਸਿਆ ਕੀ ਇਹਦੇ ਵਿੱਚ, ਉਹ ਬਾ ਕਨੈਕਟ ਕਰ ਬਣਾ ਆਵਾਜ਼ ਚੈੱਕ ਕਰ ਲਓ much 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 later। ਹਾਂਜੀ ਤੇ ਮਿੱਤਰੋ ਟਾਈਮ ਹੋ ਚੁੱਕਾ, ਟਾਈਮ ਦਿਖਾ ਲੈਡ ਮਾਰ, ਲੈਡ ਮਾਮਾ ਲੈਡ ਮੰਡੇ ਵੀਰੋ ਨਹੀਂ, ਛੇ ਇੱਕ ਮਿੰਟ
ਹੋ ਜਾ ਫੋਕਸ 6:39 ਬ੍ਰੋ ਤੇ ਲਾਈਟਿੰਗ ਦਾ ਪ੍ਰਬੰਧ ਚੈੱਕ ਕਰਿਓ, ਇੱਕ ਪਾਸੇ ਸੁੰਦਰੀ ਇੱਕ ਪਾਸੇ ਸੁੰਦਰਾ ਆਹੋੜੇ ਵੀਰ ਜੀ। ਤੇ ਬਾਕੀ ਮਿੱਤਰੋ ਹਾਂਜੀ ਇਹ ਆਪਣਾ 100K ਵਾਲਾ ਜੀ। ਹਾਂਜੀ ਤੇ ਮਿੱਤਰ ਕਿਵੇਂ ਸਾਰੇ, ਹੋਪ ਸੋ ਸਾਰੇ ਆਪਣੇ ਘਰ 'ਚ ਵਧੀਆ ਹੋਵੇਗਾ ਤੇਰੇ ਹੋਣੇ ਚਾਹੀਦੇ ਜੇ। ਤੇ ਬਾਕੀ ਇੱਕ ਤੁਹਾਡਾ ਸਾਰਿਆਂ ਬਹੁਤ ਬਹੁਤ ਜ਼ਿਆਦਾ ਦਿਲੋਂ ਧੰਨਵਾਦ। ਕੱਲ੍ਹ ਆਪਣੇ 100K ਕੰਪਲੀਟ ਹੋ ਗਿਆ ਵੀਰ ਜੀ। ਉਹ ਯਾਰ ਉਹਦੀ ਲਾਈਟ ਬੰਦ ਹੋ ਗਈ ਆ ਮੇਰੇ ਵਾਲੇ ਕੋਲ, ਬੰਦਾ ਲਾਈਟਨਿੰਗ ਵਾਲਾ ਬੰਦਾ ਖਰਾਬ ਆ, ਲਾਈਟਨਿੰਗ ਵਾਲੇ ਬੰਦੇ ਢਿੱਲੇ ਆ। ਮਗਰ ਆ ਜਾਓ ਯਾਰ, ਇੱਕ ਨਾ ਇੱਦਾਂ ਅਨਕੰਫਰਟੇਬਲ ਹੋਣ ਲਿਆ ਹੋਵੇ। ਤੇ ਬਾਕੀ ਆ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆਪਾਂ ਤਿੰਨੇ ਆਣੇ। ਕਰੋ ਵੀਰ ਜੀ ਧੰਨਵਾਦ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਵੀ ਹੁੰਦਾ ਗੁਰੂ, ਧੰਨਵਾਦ ਕਿਸੇ ਮਤਲਬ ਕਿ ਕਿਸੇ ਕਿਸੇ। ਤੇ ਬਾਕੀ ਨਹੀਂ ਨਹੀਂ ਤੁਹਾਡਾ ਦਿਲੋਂ ਧੰਨਵਾਦ, ਤੁਹਾਡਾ ਆਪਾਂ ਦਿਲ ਕੱਢ ਕੇ ਤੁਹਾਨੂੰ ਗਾਉਂਦਾ ਤੇ ਕਿਵੇਂ ਧੰਨਵਾਦ ਕਰੀਏ। ਬਾਕੀ ਨਹੀਂ ਯਾਰ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਿ ਤੁਸੀਂ ਸਾਨੂੰ ਇਸ ਮੁਕਾਮ ਤੱਕ ਪਹੁੰਚਾਇਆ ਅਤੇ ਸਾਡੇ 100K ਤੱਕ ਆਉਂਦੇ ਆਉਂਦੇ ਸਾਡੇ ਨਾਲ ਬਹੁਤ ਬੰਦੇ ਜੁੜੇ ਅਤੇ ਬਹੁਤ ਬੰਦੇ ਟੁੱਟੇ ਅਤੇ ਸਮਝਣ ਵਾਲੇ ਸਮਝ ਕੇ ਹੋਣਗੇ, ਬਹੁਤ ਆਪਾਂ ਚੀਜ਼ ਨੂੰ ਐਕਸਪਲੇਨ ਨਹੀਂ ਕਰਨਾ, ਠੀਕ ਹੈ ਨਾ। ਅਤੇ ਬਾਕੀ ਮਿੱਤਰੋ ਯਾਰ ਨਹੀਂ ਨਹੀਂ ਆਪਣੇ ਕੱਲ੍ਹ 100K ਹੋ ਚੁੱਕੇ ਆ ਜਾਂ ਵੈਸੇ ਨਾ ਮੈਨੂੰ ਆਸ ਨਹੀਂ ਕਿ ਆਪਣੇ 100K ਇੰਨੀ ਜਲਦੀ ਹੋ ਜਾਣਗੇ, ਬਟ ਲੋਹੜੀ ਕਰਕੇ ਥੋੜ੍ਹੇ ਵਲੋਗ ਜਿੱਦਾਂ ਕਿ ਕਾਫੀ ਲੋਕਾਂ ਨੇ ਪਸੰਦ ਕੀਤੇ ਆਡੀਅੰਸ ਨੇ, ਸੋ ਦਿਆ ਕਿ ਆਪਣੇ 100K ਜੈਨੂਅਲੀ ਜੋ ਆਪਾਂ ਕਹਿੰਦੇ ਹਾਂ ਵਧੇ ਆ, ਆਪਾਂ ਨਹੀਂ ਲੋਕਾਂ ਨੂੰ ਕਹਿਣਾ ਕਿ ਸਾਡੇ ਐਂ ਵਧੇ ਉਹ ਵਧੇ ਆ। ਸੋ ਬਾਕੀ ਜੋ ਵੀ ਵਧੀਆ ਗਿਆ ਵਾ, ਬਾਕੀ ਅੱਜ ਪਤਾ ਨਹੀਂ ਕਿਵੇਂ ਜਾਣਾ ਕਿਵੇਂ ਨਹੀਂ ਜਾਣਾ ਯਾਰ ਸੱਚੀ ਸਾਹ। ਸਵੇਰ ਦੇ ਪਹਿਲਾਂ ਆਪਾਂ ਅੱਗੇ ਦਰਬਾਰ ਸਾਹਿਬ ਮੱਥਾ ਟੇਕਿਆ, ਬਹੁਤ ਦਰਸ਼ਨ ਮੇਲੇ ਕੀਤੇ ਅਤੇ ਨਾਲ ਤੁਹਾਨੂੰ ਵੀ ਕਰਾਏ, ਫਿਰ ਆਪਾਂ ਏਅਰਪੋਰਟ ਲਏ, ਫਿਰ ਸਾਨੂੰ ਇੱਕ ਦਾ ਹੋਰ ਕੰਮ ਹੀ ਆ, ਸਾਡਾ ਬੰਦਾ ਗਿਆ ਸਕੂਲ, ਮਤਲਬ ਅੱਜ ਸਾਰਾ ਦਿਨ ਫਿਰ ਸਾਡਾ ਕੰਮਾਂ ਕੰਮਾਂ 'ਚ ਨਿਕਲ ਗਿਆ। ਅਤੇ ਮੈਨੂੰ ਲੱਗਦਾ 100K ਵਾਲਾ ਵਲੋਗ ਯਾਰ ਮਤਲਬ ਸਟਾਰਟ ਮਤਲਬ ਕੀ ਗਿਆ ਯਾਰ, ਮਤਲਬ ਅਪ ਡਾਊਨ ਜਾ ਗਿਆ, ਕਦੀ ਕੁਛ ਕਰਤਾ ਕਦੇ ਆਪਾਂ ਰਸ਼ 'ਚ ਫੜੇ ਫਸੇ ਸਟਾਰਟਿੰਗ 'ਚ, ਰਾਤੀ ਤੁਸੀਂ ਟਾਈਮ 'ਤੇ ਪਹੁੰਚੇ ਨਹੀਂ, ਝੰਜਟ ਜੀ ਪਈ ਜਾਣਾ ਜਦੋਂ ਘਰ ਦੇ ਕੰਮ ਹੋਣਾ, ਫਿਰ ਇੱਦਾਂ ਮਤਲਬ ਕਿ ਇਹਨਾਂ ਚੀਜ਼ਾਂ 'ਤੇ ਧਿਆਨ ਘੱਟ ਲੱਗਦਾ ਵਾ, ਬਟ ਕੋਈ ਨਹੀਂ ਹੁਣ ਜਦੋਂ ਆਪਾਂ ਕਰਨ ਲੱਗੇ ਨਾ, ਸ਼ਾਇਦ ਤੁਸੀਂ ਟਾਈਟ ਥੰਬਨੇਲ ਦੇਖ ਕੇ ਦੇਖ ਲਿਆ ਹੋਵੇ, ਦਿਖਾ ਦਿੰਦੇ ਹੁਣ ਆਪਾਂ ਮਿੱਤਰੋ ਆਹ ਚੈੱਕ ਕਰੋ, ਤਾਂ ਫੜੀ ਆਜੇ ਮਿੱਤਰੋ ਇੱਧਰ ਆਇਓ ਨਾਲ ਹੀ ਮਿੱਤਰੋ, ਆਪਣੇ 100K ਹੋਏ ਆ ਅਤੇ ਉਹਦੀ ਖੁਸ਼ੀ ਵਿੱਚ 100K ਸ਼ੋਟ ਚਲਾਵਾਂਗੇ, ਦਿਖਾ ਦਿੱਤੀ ਪਹਿਲਾਂ 100 ਹੀ ਆ ਨਾ। ਮਤਲਬ ਕਿ ਇੱਕ ਟਾਈਮ ਜਾ ਕੇ ਤੇ ਰੁਕ ਹੀ ਜਾਂਦੇ ਜੇ ਆ, ਪ੍ਰਾਇਮਰੀ ਜਰਨਲ ਚ ਵੱਖਰੇ ਤੇ ਕਲਾਸ ਚ ਵੱਖਰੇ ਯਾਰ। ਰਾਤ ਦੇ ਨਾ ਮਿੱਤਰ ਰਾਤੀ ਆਪਣੇ 100K ਹੋਇਆ, ਕੀ ਕਹੋ ਯਾਰ ਹਿਮਨ ਆਪਣੇ ਮੈਸੇਜ ਦਿਖਾ ਰਿਹਾ ਵਾ, ਸ਼ਾਇਦ ਮਤਲਬ ਕਿ ਫੁਕਰੀ ਆਈ ਡੋਂਟ ਮਿੱਤਰ, ਕੋਈ ਚੱਕਰ ਨਹੀਂ ਹੈ। ਬਾਕੀ ਬਸ ਮੁੱਕਦੀ ਗੱਲ, ਟਾਈਮ ਨਹੀਂ ਲੱਗਾ ਮੈਸੇਜ ਰਿਪਲਾਈ ਕਰਨ ਦਾ, ਰਾਤੀ ਇੱਕ ਵਲੋਗ ਐਡ ਕਰ ਰਿਹਾ, ਬਸ ਸਟੋਰੀਆਂ ਸਭ ਤੇ ਮੈਂਸ਼ਨ ਕੀਤੀਆਂ ਜੀ, ਆਹ ਚੈੱਕ ਕਰੋ ਤਾਂ ਸਟੋਰੀਆਂ ਵਾਲੀ ਇਹ ਉਨੀ ਕਿੰਨੀ ਕਿੰਨੀ ਆ ਸਟੋਰੀਆਂ, ਆਪਾਂ ਸਭ ਦੀਆਂ ਪਈਆਂ ਚੈੱਕ ਕਰ ਲਓ ਸਟੋਰੀ, ਮਤਲਬ ਕੋਈ ਬੰਦਾ ਨਾਰਾਜ਼ ਨਹੀਂ ਹੁੰਦਾ ਤਾਂ। ਬਾਕੀ ਯਾਰ ਜੇ ਮੇਰੇ ਵੀਰ ਭਰਾ ਕੋਈ ਮੇਰਾ ਯਾਰ ਮੇਰੇ ਤੋਂ ਨਾਰਾਜ਼ ਹੋਣਾ ਵੀ ਹਿਮਨ ਨੇ ਸਾਨੂੰ ਰਿਪਲਾਈ ਨਹੀਂ ਕੀਤਾ, ਮੈਸੇਜ ਕੀਤਾ, ਯਾਰ ਤੁਸੀਂ ਆਪ ਕੋਲ ਲਾਓ, ਆਪ ਮੇਰੇ ਤੋਂ ਮਿਲ ਲਓ, ਫਿਰ ਮਤਲਬ ਜੇ ਤੁਸੀਂ ਆਪ ਆਉਂਦੇ ਤਾਂ ਆਪਾਂ ਤੁਹਾਨੂੰ ਨਾ ਕਰਦੇ ਫਿਰ ਤੇ ਕਹਿੰਦੇ। ਬਾਕੀ ਚਲੋ ਯਾਰ ਇੱਦਾਂ ਦੀਆਂ ਗੱਲਾਂ ਛੱਡੋ, ਹੁਣ ਆਪਾਂ ਜਿਹੜਾ ਮੇਨ ਕੰਟੈਂਟ ਆਪਾਂ ਲਿਆਂਦਾ ਵਾ ਇਹਨੂੰ ਕਰਦੇ ਹਾਂ, ਦੈਨ ਉਸ ਤੋਂ ਬਾਅਦ ਭੁੱਖ ਲੱਗੀ ਆ ਸਵੇਰ ਦਾ, ਆਪਾਂ ਬਸ ਇੱਕ ਅੱਧੀ ਰੋਟੀ ਖਾਧੀ ਆ, ਫਿਰ ਕੁਛ ਖਾਂਦੇ ਪੀਂਦੇ ਹਾਂ। ਜਿਹੜੀ ਆਊਟਫਿਟ ਤੁਹਾਡੀ ਤੁਸੀਂ ਖਰਾਬ ਕਰਾਤੀ ਭਾਅ ਜੀ, ਨਹੀਂ ਕਰਾਈ, ਸੋਹਣਾ ਲੱਗਣ ਡਿਆ, ਪੂਰਾ ਸਹੀ ਹੋਣ ਡਿਆ ਇਹ 'ਚ, ਉਹ 'ਚ ਦੇ ਆਉਣ ਡਿਆ ਮੈਂ ਜਿੰਨੀ ਲਾਈਟ ਨਹੀਂ ਕੀਤੀ, ਉਹ ਮੰਮਾ ਦੀ ਲਾਈਟ ਡਿਮ ਹੋ ਗਈ ਗੁਰੂ, ਆਹ ਬੰਦ ਹੋ ਗਈ ਵਿੱਚ, ਲਾਈਟਿੰਗ ਪੂਰੀ ਰੱਖੋ 100K ਵਾਲੇ ਮਤਲਬ ਬਲੂਨ ਜੇ ਕਿੱਥੇ ਆ ਜਾਓ
ਯਾਰ ਆਪਣੇ ਨਾ ਵੈਸੇ ਨਾ ਮਿੱਤਰੋ ਸਾਡੇ ਨਾ ਇਹ ਮਤਲਬ ਜਿੰਨੇ ਸਬਸਕ੍ਰਾਈਬਰ ਕੰਪਲੀਟ ਨਾ ਸਾਰੇ ਰਾਤ ਨੂੰ ਕੰਪਲੀਟ ਹੁੰਦੇ 90, 80, 70 ਮੋਸਟਲੀ ਜਿੰਨੇ ਵੀ ਸਾਰੇ ਰਾਤ ਨੂੰ ਹੋਏ ਆ ਯਾ ਆਪਣੇ 100 ਵੀ ਰਾਤ ਨੂੰ ਹੋਏ ਅਤੇ ਸੈਲੀਬ੍ਰੇਟ ਵੀ ਰਾਤ ਨੂੰ ਹੋ ਰਿਹਾ ਜੇ ਰਾਤ ਨਾ ਪਿਆਰ ਆਪਾਂ ਨੂੰ ਉਹ ਗਾਣਾ ਨਹੀਂ ਦਲਜੀਤ ਰਾਤ ਦੀ ਕਿਹੜੀ ਗੱਲ ਇਸ ਕਦੀ ਡਿਸਕਦੀ ਆ ਵੀਰ ਜੀ ਸਾਹ ਮੁੱਕ ਗਏ ਉਹ ਇੱਕ ਵਾਰੀ ਭਰੀ ਜਾਣੀ ਪੂਰਾ ਟੈਡ ਭਰੀ ਬਾਅਦ ਵੀ ਨਹੀਂ ਭਰੀ ਜਾਂਦੀ ਹੁੰਦੀ ਕੇ ਚਾਹ ਕਰੋ ਕਿੰਨਾ ਪਰਫੈਕਟ ਬਣਾਇਆ ਜੇ ਕਿੰਗ ਲੋ ਜੀ ਮਿੱਤਰੋ 100 ਕੇ ਮਾੜਾ ਮੋਟਾ ਸੈੱਟ ਕੀਤਾ ਜੇ ਬੜਾ ਮੁਸ਼ਕਿਲ ਜੀ ਗੱਲ ਹੈ ਵੀ ਤਿੰਨੇ ਇਕੱਠੇ ਕਰਤੇ ਆ 100 ਤਾਂ ਕੇ ਕੱਢੀ ਬੈਗ 'ਚੋਂ ਤੇਰੇ ਅਤੇ ਇੱਥੋਂ ਮਿੱਤਰ ਚਲਾਉਂਦੇ ਆ ਸ਼ੋਰਟ ਅਤੇ ਬਾਕੀ ਲੈਟ ਵੀ ਸੀ ਕੀ ਬੰਦ ਹੈ ਕੀ ਨਹੀਂ ਜਸਟ ਇੱਕ 30-15 ਸੈਕਿੰਡ ਰੀਲ ਹੀ ਕਰਨਾ ਹੁੰਦਾ ਬਟ ਫਿਰ ਵੀ ਯਾਰ ਸਾਨੂੰ ਸੀਗਾ ਆਪਣੇ 100 ਤਾਂ ਕਰਾਂਗੇ 100 ਤਾਂ 100 ਸ਼ੋਰਟ ਵਾਹ ਕੀ ਚਾਹੀਦਾ ਯਾਰ ਖੋਲ ਯਾਰ ਚੱਲੂਗਾ ਕਿ ਨਹੀਂ ਖੋਲਦੇ ਆਹ ਫੜ ਵੇਖਦਾ ਮਿੱਤਰੋ ਹੁਣ ਚੱਲਦਾ ਕਿਵੇਂ ਚੱਲਦਾ ਲੈਟ ਆਨ ਕਰ ਇਹਦੀ ਤਾਂ ਨਹੀਂ ਲੋੜ ਅਜੇ ਨਹੀਂ ਤਾਂ ਫੜਦਾ ਇੱਕ ਮਿੰਟ ਸਿੱਧਾ ਜਾਣਾ ਲਾ ਦੇ ਲਾ ਮਾਸਾ ਡਰੀ ਜਾਣਾ ਲੱਗ ਗਈ ਯਾਰ ਲੱਗ ਗਈ ਕਿੱਥੇ ਇੱਥੇ ਯਾਰ ਉਹ ਤੇਰੀ ਨੇ ਪਾਇਆ ਮਾੜਾ ਆਹ ਦੇ 100 ਕੇ ਦੇ ਓਏ ਕੇ 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 ਇਹ ਆਈ ਐਦਾਂ ਆ ਤਲੇ ਬੈਠ ਰਹੀ ਤੂੰ ਪਿੱਛੇ ਇਹ ਕਿਹੜੇ ਹੁਣ ਆ ਜਾਓ ਵਿੱਚ ਹੀ ਆ ਜਾਓ ਮਾਮਾ 100 ਕੇ ਹੋ ਗਏ ਮਿੱਤਰ ਵਾਡੇ ਆ ਜਾਓ ਮਗਨ ਆ ਜਾਓ ਬਾਬਾ ਜੀ ਆ ਜਾਓ ਟੇਢੇ ਲੱਗਣ ਆਹੋ ਹੋਰ ਤੇਰੀ ਨੂੰ 100 ਕੇ ਦੀ ਖੁਸ਼ੀ ਦੇ ਵਿੱਚ ਮਿੱਤਰੋ ਬੁੱਟ ਲੈਟ ਬੰਦ ਕਰ ਦੋ ਬੈਟਰੀ ਉੱਡ ਜਾਣੀ ਜੇ ਬੁੱਟ ਨਹੀਂ ਭਾਈ ਬੰਦ ਕਰ ਦੋ ਮੇਰੇ ਵੀਰੋ ਇਹਦਾ ਸਟੋਰੀਆਂ ਸਟਾਰੀਆਂ ਸਟਾਰਟ ਕਰ ਲਓ ਜੋ ਬੰਦਾ ਹੈ ਬਸ ਹੋ ਗਿਆ 100 ਵੇਖ ਲੋ ਨਹੀਂ ਨਹੀਂ ਚੱਲ ਮਜ਼ਾ ਆਇਆ ਕਿ ਨਹੀਂ ਆਇਆ ਦੱਸੋ ਸੱਚੀ ਯਾਰ ਮਜ਼ਾ ਮਿੱਤਰ ਆਇਆ ਜਿੱਦਾਂ ਮਰਜ਼ੀ ਜਿੰਨਾ ਆਪਾਂ ਐਕਸਪੈਕਟ ਕੀਤਾ ਹੈ ਨਾ ਉਸ ਤੋਂ ਜ਼ਿਆਦਾ ਹੀ ਆਇਆ ਹੈ ਸਾਨੂੰ ਕਿ ਐਵੇਂ ਨੋਰਮਲ ਜਿਹੇ ਹੋਣਗੇ ਅਤੇ ਹਨੇਰਾ ਵੀ ਹੋ ਗਿਆ ਭਰਨ ਸਾਰੇ ਚੱਲੇ ਸੋਹਣੇ ਵੀ ਆਏ ਮਜ਼ਾ ਆਇਆ ਪੂਰੇ ਖੁਸ਼ੀ ਖੁਸ਼ੀ ਇਹ ਖੁਸ਼ੀ ਮਿੱਤਰ ਤੁਸੀਂ ਸਾਡੇ ਫੇਸ 'ਤੇ ਦੇਖ ਸਕਦੇ ਹੋ ਤਿੰਨਾਂ ਦੇ ਇਹ ਖੁਸ਼ੀ ਠੰਡ ਵਾਲੀ ਖੁਸ਼ੀ ਆ ਜ਼ਿਆਦਾ ਠੰਡ ਲੱਗਦੀ ਨਾਲ ਨਾਲ ਤਾਂ ਕਰਕੇ ਇਹ ਹੁਣ ਮੈਂ ਜੱਫੀ ਪਾ ਕੇ ਰੱਖਣੇ ਹੁਣ ਬਾਅਦ ਜਦੋਂ ਤੱਕ ਹੈ
ਓਏ ਮੇਰੇ ਵੱਜਾ ਹੈ, ਮੇਰੇ ਜੈਕਟ ਤੇ ਵੱਜਾ ਹੈ, ਵੇਖੀ ਆ ਮੇਰੇ ਉੱਤੇ ਆ ਚੱਲਾ ਸੀ, ਮੇਰੇ ਬੈਗ ਤੇ ਵੱਜਾ ਹੈ ਮਾਂ, ਹੈ ਵੀ ਲੈਦਰ ਵਾਲੀ ਹੋਣੀ ਤੇ ਤੜ ਤੜ ਹੋ ਜਾਂਦਾ। ਹੁਣ ਆਪਾਂ ਥੋੜਾ ਬਹੁਤ ਟ੍ਰੇਲਿੰਗ ਘਾਉਂਦੇ, ਟ੍ਰੇਲਿੰਗ ਮੇਰਾ ਬੜੇ ਟਾਈਮ ਦੇ ਬਾਅਦ ਆ, ਘਰ ਦੇ ਕੰਮਾਂ ਕਾਰਾਂ ਕਰਕੇ ਤੇ ਗੁੱਡੀਆਂ ਵਾਲੇ ਵਲੋਗਾਂ ਕਰਕੇ ਨਿਕਲਿਆ ਨਹੀਂ ਜਾਂਦਾ ਸੀ, ਬਟ ਅੱਜ ਚਲੋ ਨਿਕਲਿਆ। ਹੁਣ ਆਪਾਂ ਪਹਿਲਾਂ ਚੱਲਦੇ ਹਾਂ ਟ੍ਰੇਲਿੰਗ ਘੁੰਮ ਫਿਰ ਕੇ ਤੇ ਖਾਂਦੇ ਹਾਂ, ਇਹਨੂੰ ਆਪਾਂ ਬੈਗ 'ਚ ਪਾਉਂਦੇ ਹਾਂ ਅਤੇ ਖਾਣ ਪੀਣ ਆਪਾਂ ਕੁਛ ਬਾਹਰੋਂ ਰਣਜੀਤ ਨੂੰ ਖਾਂਦੇ ਹਾਂ ਅਤੇ ਫਿਰ ਆਪਾਂ ਜਾਵਾਂਗੇ ਘਰੇ। ਕਿੰਨਾ ਸੋਹਣਾ ਦਿਨ ਗਿਆ, ਆਪਾਂ ਕਿਉਂ ਕਹਿ ਰਹੇ ਵਲੋਗ ਪੜਾਉਣ 'ਚ ਬਣੇ ਨਾ, ਸੋਹਣਾ ਵਲੋਗ ਬਣਿਆ। ਲਿਆਓ ਵੇ ਬਲੈਕ ਖੋਲਣਾ ਪੈਣਾ, ਇਹਨੂੰ ਬੰਦ ਨਹੀਂ ਹੋਣਾ ਯਾਰ, ਧਿਆਨ ਨਾਲ ਵੇਲਾ ਬਾ ਹੋਈ ਆ, ਕਰ ਲਓ ਚੱਕ ਨਹੀਂ ਆਪੇ ਕਰ ਲਾਵਾਂਗੇ ਕਿਤੇ। ਇੱਧਰ ਹੀ ਯਾਰ ਇੱਕ ਤਾਂ ਸੀੜੀਆਂ ਹੀ ਮਾਰੀ ਜਾਂਦੇ ਸੀ, ਉਹਦੇ ਪਿੱਛੇ ਬੁਲਟ ਲਿਆਉਂਦੇ ਵੀ ਸੀੜੀ ਨਿਕਲ ਜਾਓ, ਇੱਧਰੋਂ ਵੀ ਸੀੜੀ, ਪਤਾ ਨਹੀਂ ਕਿਹੜਾ ਸੀ ਸੀੜੀਆਂ ਨਾਲ ਤੰਗ ਕਰਨ ਡੇ ਅੱਜ ਆਪਾਂ, ਜਿੱਦਾਂ ਆਪਾਂ ਜਿਹੜੇ ਉੱਥੇ ਕਰਦੇ ਨੇ ਕਰਕੇ। ਸੋ ਇੰਸਟਾਗ੍ਰਾਮ 'ਤੇ ਫੋਲੋ ਕਰੋ, ਸਾਰੀ ਅਪਡੇਟ ਤੁਹਾਨੂੰ ਇੰਸਟਾਗ੍ਰਾਮ 'ਤੇ ਮਿਲਦੀ ਰਹਿੰਦੀਆਂ ਵਾ, ਮੋਸਟਲੀ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ, ਫਿਰ ਬਾਕੀ ਦੇਖ ਲਾਂਗੇ ਦੀ ਕਹਾਣੀ ਕੀ ਬਣਦੀ ਹੈ। ਕੋਈ ਲੋਕੇਸ਼ਨ ਲੱਭ ਰਹੇ ਘੈਂਟ ਜੀ, ਬਲੈਕ ਜਾਂ ਯੈਲੋ ਕੰਬੀਨੇਸ਼ਨ ਜਿਹਾ ਬਣ ਜਾਣਾ ਸੋਹਣਾ ਜਿਹਾ। ਉਹ ਜੀ ਮਿੱਤਰ ਇੱਧਰ ਖਲਾਰਾ ਪਾ ਕੇ ਬੈਠੇ ਸੀ ਸੱਜਣ, ਫਿਰ ਕਲਰ ਨੂੰ ਸੋ 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 ਕੇ ਕੀਤਾ ਜੀ। ਕੀ ਖਾਣਾ ਜੇ, ਕਿੰਨੇ ਕਿੰਨੇ ਹਜ਼ਾਰ ਚਾਹੀਦੇ ਦੱਸੋ, ਹਜ਼ਾਰ ਨਹੀਂ ਡੋਲਰਾਂ ਹੀ ਗੱਲਾਂ ਕਰੀ ਦਿੰਦੀਆਂ ਵੀਰੇ, ਡੋਲਰਾਂ ਜੇ ਇਕੱਠਾ ਕਰੋ ਮਾਮਾ ਟ੍ਰੇਲੀ ਮਾਰਨਾ, ਆਪਣੇ ਭਜਾਉਣ ਲੱਗੇ ਮਿੰਟ ਨਹੀਂ ਜੇ ਲਾਉਣਾ ਮੇਰੇ ਵੀਰੋ। ਵੀਡੀਓ ਮਤਲਬ ਇੰਨੀ ਸੋਹਣੀ ਬਣੀ ਹੈ, ਆਪਾਂ ਤੁਹਾਨੂੰ ਦੇਖਣੀ ਪੈਣੀ ਇੰਸਟਾ ਜਾ ਕੇ, ਸੋ ਇੰਸਟਾ 'ਤੇ ਫੋਲੋ ਕਰ ਲਿਓ। ਇਕੱਠਾ ਨਹੀਂ ਲਿਆਉਂਦੇ ਕੰਮ, ਇਹ ਖਰਾਬ ਕਰ ਦਿੰਦੇ ਆ ਨਾ ਬੰਦਿਆਂ ਨੂੰ। ਲਾਈਟਾਂ ਲਵਾਈਆਂ ਵੇਲਾ ਹੁੰਦਾ ਮਰਦਾ, ਫਿਰ ਚਾਹ ਹੀ ਬੜਾ ਵਾ ਲੋਕਾਂ ਨੂੰ। ਕਹਿੰਦੇ ਆ ਮੁੰਡੇ ਮਿੱਠਾ ਖਾਣ ਫੇਰ ਆ ਚੁੱਕੇ ਨੇ, ਫਿਰ ਉੱਥੋਂ ਖਾਣੇ ਦੂਜੇ ਵੀ ਖਾਣੇ ਸਹੀ ਕਿ ਨਹੀਂ। ਇੱਕ ਤਾਂ ਘਰੋਂ ਫੋਨ ਤੇ ਫੋਨ ਨਹੀਂ, ਕਾਜੂ ਵਾਲੀ ਯਾਰ, ਕਾਜੂ ਵਾਲੀ ਕਿਹੜੀ ਹੁੰਦੀ, ਲਿਆ ਇੱਧਰੋਂ ਖਾ ਲਿਆ, ਕੱਟੀ ਦਾ ਕਿੱਦਾਂ ਸਾਰੀ ਨਾ ਖਾਣੀ, ਸਵਾਦ ਹੀ ਅੰਦਰੋਂ ਸਵਾਦ ਹੀ ਸਵਾਦ ਆ ਅੰਦਰੋਂ ਜਾਰੀ ਸਵਾਦ। ਦੱਸ ਜਾਂ ਕੀ ਚਿੱਟੀ ਕਰੀਮ ਨਹੀਂ ਹੁੰਦੀ ਜਿਹੜੀ ਵਾਈਟ ਵਾਈਟ ਚੋਕਲੇਟ, ਦੱਸੋ ਫਿਰ ਉਹਦੇ ਕੀ ਹੋ ਮਿਲਕੀ ਬਾਰ ਵਾਈਟ ਚੋਕਲੇਟ ਸਵਾਦ ਹੀ। ਦੋ ਲੱਲਾ ਬੜਾ ਕੁੱਤ ਕਲੇਸ਼ ਪਾਇਆ ਜੀ ਇਹਨੂੰ ਨਾ, ਮੰਨ ਲਓ ਦੱਸਦੇ ਆ ਉਹ ਫੜੀ ਦੋ ਦੇ ਦੋ, ਜੇ ਮੰਨ ਲਓ ਇੱਥੇ ਰੱਖ ਦੇ ਨਾ ਇੱਦਾਂ ਕਰਕੇ, ਇਹਨੂੰ ਕਿਹਨੇ ਚੱਕਣਾ ਵੀ ਨੀ, ਇੱਦਾਂ ਲੱਗਣ ਡਿਆ ਵਾ ਕੀ ਹੋਣਾ ਇਹਦੇ ਵਿੱਚ, ਪਰ ਬਿਲਕੁਲ ਨਹੀਂ ਫੁੱਲਿਆ ਇੱਦਾਂ ਜ਼ਿਆਦਾ ਜੇ, ਪਰ ਹੈ ਨਹੀਂ ਮੈਂ ਚੀਜ਼ ਚੁੱਕ ਲਾ ਲੈ ਇੱਕ ਮਿੰਟ ਆ ਲੈ, ਕੁਛ ਵੀ ਨਹੀਂ ਆ ਜੋ ਆ ਹੋ ਨਹੀਂ ਦੱਸਣਾ ਨਹੀਂ ਨਹੀਂ ਯਾਰ ਇਹਦੇ ਵਿੱਚ ਮਤਲਬ ਟੈਨ ਕੀ ਹਾਲੇ ਆਪਣੇ ਸਾਰੇ ਉਹ ਆ ਪਕਾਨੇ ਜੇ ਮਿਲਕੀ ਵਾਰ ਹੈ ਨਾ ਸਭ ਵਿੱਚੋਂ ਨਹੀਂ ਮਿਲਕੀ ਵਾਰ ਯਾਰ ਖਾਇਓ ਜੋ ਜੇ ਕਿਉਂ ਹੁੰਦਾ ਦਿਖਾਈ ਜੀ ਅਮੂਲ ਵਾਲੀ ਪੈਕਟ ਜਿਹਾ ਲਾਈਚੀ ਇਹਦਾ ਮਤਲਬ
ਮਿਲਕੀ ਬਾਰ ਲਾਚੀ ਵਾਲੀ ਹੁੰਦੀ ਆ ਵਿੱਚੋਂ ਪੂਰੀ ਮਿਲਕੀ ਬਾਰ ਆ। ਲਓ ਜੀ ਮਿੱਤਰੋ, ਯਾਰਾਂ ਨੇ ਘੁੰਮ ਫਿਰ ਕੇ ਸਾਰੇ ਕੰਮ ਕਾਰ ਕਰ ਕੁਰ ਕੇ ਹੁਣ ਘਰ ਪਹੁੰਚ ਚੁੱਕੇ ਆ, ਅਤੇ ਘਰ ਪਹੁੰਚ ਸਾਨੂੰ ਇੱਕ ਚੀਜ਼ ਚੱਕ ਕਰਾਉਂਦਾ ਵਾ, ਉਹ ਚੱਕ ਕਰਿਓ ਫਿਰ 100K ਯਾਰ, ਦੇਖ ਕੇ ਇੰਨਾ ਕੁ ਜ਼ਿਆਦਾ ਵਧੀਆ ਲੱਗ ਰਿਹਾ ਨਾ, ਇੱਥੇ ਆਪਾਂ 50K ਲੱਗਣਾ, ਆਪਣਾ 100K ਕਰਤਾ ਵਾ। ਥੈਂਕ ਯੂ ਸੋ ਮੱਚ ਹੈ ਕਿ ਤੁਹਾਨੂੰ ਸਾਰਿਆਂ ਨੂੰ ਆਪਣੇ 100K ਕੰਪਲੀਟ ਕਰਾਉਣ ਲਈ, 1,00,000 ਸਬਸਕ੍ਰਾਈਬਰ ਅਤੇ ਇੱਥੋਂ ਤੱਕ ਲੈ ਕੇ ਆਉਣ ਲਈ ਦਿਲੋਂ ਧੰਨਵਾਦ, ਬਹੁਤ ਬਹੁਤ ਜ਼ਿਆਦਾ ਵਧੀਆ ਲੱਗਦਾ ਯਾਰ, ਮਤਲਬ ਕਿ ਸੀਰੀਅਸਲੀ ਕਹਾਂ, ਸੀਰੀਅਸਲੀ ਦਿਲੋਂ 1,00,000 ਸਬਸਕ੍ਰਾਈਬਰ ਕੰਪਲੀਟ ਆ। ਮੈਂ ਰਾਤ ਦੇ ਸੋਚ ਮਤਲਬ ਕਿ ਸੌਣ ਲੱਗਾ ਹਾਂ ਅਤੇ ਤੁਹਾਡੀ ਸਾਰੀਆਂ ਸਟੋਰੀਆਂ ਮੈਨਸ਼ਨ ਕਰ ਰਿਹਾ ਹਾਂ, ਸਟੋਰੀ ਬੈਕ ਕਰ ਰਿਹਾ ਹਾਂ, ਅਤੇ ਮੈਨੂੰ ਮਤਲਬ ਕਿ ਰਿਐਲਿਟੀ ਕਹਾਂ, ਮੈਂ ਰਿਐਲਿਟੀ ਦੱਸ ਰਿਹਾ, ਪ੍ਰਾਊਡ ਫੀਲ ਆ ਕਿ ਮੈਨੂੰ ਕੱਲ੍ਹ ਦੇ ਦਿਨ ਲੱਗਾ ਕਿ ਹਾਂ ਯਾਰ ਕੋਈ ਚੀਜ਼ ਹਾਸਿਲ ਕੀਤੀ ਆ, ਅਤੇ ਇੱਕ ਮਤਲਬ ਕਿ ਅੰਦਰੋਂ ਪ੍ਰਾਊਡ ਹੁੰਦਾ ਨਾ ਬੰਦੇ ਨੂੰ ਆਪਣੇ ਆਪ 'ਤੇ ਆ ਕੋਈ ਕੰਮ ਕੀਤਾ ਵਾ, ਅਤੇ ਉਹਦਾ ਸਾਨੂੰ ਅੱਗੋਂ ਰੈਵਨਿਊ ਪ੍ਰੋਫਿਟ ਕੁਛ ਹੀ ਕਹਿ ਦਿਉ, ਉਸ ਚੀਜ਼ ਦਾ ਸਾਨੂੰ ਮੈਨੂੰ ਕੱਲ੍ਹ ਲੱਗਾ ਕਿ ਉਹ ਮਿਲਿਆ, ਵੀ ਮੈਨੂੰ ਇੰਨਾ ਵਧੀਆ ਲੱਗਾ, ਪ੍ਰਾਊਡ ਫੀਲ ਆਪਣੇ ਆਪ 'ਤੇ ਕਿ ਤੁਹਾਡੇ ਉੱਤੇ ਵੀ ਆਪਾਂ ਕੋਈ ਚੀਜ਼ ਕਰ ਰਹੇ ਹਾਂ, ਤੁਹਾਨੂੰ ਪਸੰਦ ਆ ਰਹੀ ਹੈ ਨਾ, ਉਹ ਚੀਜ਼ ਨੇ ਬੜਾ ਹੀ ਵਧੀਆ ਲੱਗਦਾ ਵਾ। ਸੋ ਕਾਫੀ ਸਹੀ ਲੱਗਾ ਯਾਰ, ਬਾਕੀ ਇੱਦਾਂ ਹੀ ਦੱਸਿਓ ਹੁਣ 100K ਤੋਂ ਬਾਅਦ ਕਿਵੇਂ ਦੇ ਵਲੋਗ ਆਉਣ, ਕਿਉਂਕਿ ਹੁਣ ਮਤਲਬ ਜਿੰਨੇ ਵਲੋਗ ਆਉਣਗੇ ਸਾਰੇ ਹੀ ਨਵੇਂ ਹੋਣਗੇ, ਅਤੇ ਸਾਰੇ ਆਪਣੇ ਨੂੰ 100K ਤੋਂ ਬਾਅਦ ਵਲੋਗ ਆਉਣਗੇ, ਮਤਲਬ ਜਿੰਨੇ ਵਲੋਗ ਆਉਣਗੇ ਸਾਰੇ ਆਪਣੇ 100K ਤੋਂ ਬਾਅਦ ਬਣਨਗੇ। ਸੋ ਆਈਡੀਆ ਹੈ ਤੁਹਾਡੇ ਮਾਈਂਡ 'ਚ ਕੁਛ ਨਹੀਂ ਵੀ ਕੀ ਆਪਣੇ ਕੰਟੈਂਟ ਨੂੰ ਚੇਂਜ ਕਰੀਏ ਅਤੇ ਕੀ ਨਾ ਕਰੀਏ ਅਤੇ ਕਿਵੇਂ ਅਪਲੋਡ ਕਰੀਏ, ਕੋਈ ਨਾ ਵਲੋਗ ਨਹੀਂ ਹੈਗਾ। ਸੋ ਸ਼ਾਇਦ ਹੋ ਸਕਦਾ ਕਿ 2-3 ਦਿਨ ਤੱਕ ਜਾਂ ਕੋਈ ਕੰਟੈਂਟ ਕੋਈ ਨਹੀਂ, ਅਤੇ ਬੱਚਿਆਂ ਨੂੰ ਕਮੈਂਟ ਕੇ ਦੱਸਿਓ ਬਸ। ਸੋ ਸੀ ਯੂ ਸੂਨ ਇਨ ਅਦਰ ਵੀਡੀਓ ਵਲੋਗ, ਇਸ ਨੂੰ ਸੈਂਡ ਕਰਦੇ ਹਾਂ, ਬਾਕੀ ਦੱਸਿਓ 100K ਵਾਲਾ ਵਲੋਗ ਤੁਹਾਨੂੰ ਕਿਵੇਂ ਲੱਗਾ, ਸੈਲੀਬ੍ਰੇਸ਼ਨ ਥੋੜ੍ਹੀ ਬਣਨੇ ਦੀ ਮੋਟੀ ਜੀ, ਬਾਏ ਬਾਏ। 50K ਵਾਲੇ ਆਹ ਪਈ ਜੀ, 2 ਕੀ ਰਹਿ ਗਏ, ਬਾਕੀ ਤਾਂ ਪਤਾ ਨਹੀਂ ਕਿੱਧਰ ਗਏ, ਇੱਕ ਆਹ ਪਈ 0।